ਆ ਦੇਖੋ ਗ੍ਰਿਫਤਾਰੀ ਵੇਲੇ ਮੰਗੂ ਮੱਠ ਤੇ ਕਿਵੇਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਤੁਹਾਡੇ ਮੁਤਾਬਕ ਸਿੰਘਾਂ ਦਾ ਇੰਜ ਕਰਨਾ ਕਿੰਨਾ ਕੁ ਠੀਕ ਹੈ? ਦਰਅਸਲ ਤੁਹਾਨੂੰ ਦੱਸਦੀ ਹਾਂ ਕਿ ਫਗਵਾੜਾ ਦੇ ਗੁਰਦੁਆਰਾ ਸ਼੍ਰੀ ਚੌੜਾ ਖੂਹ ਦੇ ਵਿੱਚ ਨੌਜਵਾਨ ਦਾ ਇਸਦੇ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਨਿਹੰਗ ਸਿੰਘ ਜਿਸਦਾ ਨਾਮ ਮੰਗੂ ਮੱਠ ਹੈ, ਇਸਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀਡੀਓ ਵੀ ਬਣਾਈ ਗਈ। ਮ੍ਰਿਤਕ ਦੀ ਪਹਿਲਾਂ ਵੀਡੀਓ ਦੇ ਵਿੱਚ ਬਿਆਨ ਲਏ ਗਏ। ਬੇਅਦਬੀ ਦੀ ਕੋਸ਼ਿਸ਼ ਦੇ ਸ਼ੱਕ 'ਚ ਇਸ ਨਿਹੰਗ ਸਿੰਘ ਨੇ ਉਸ ਨੌਜਵਾਨ ਨੂੰ ਮਾਰ ਮੁਕਾਇਆ। ਕਤਲ ਤੋਂ ਪਹਿਲਾਂ ਨਿਹੰਗ ਸਿੰਘ ਵੱਲੋਂ ਇਹ ਵੀਡੀਓ ਵੀ ਬਣਾਈ ਗਈ। ਫਿਰ ਕਤਲ ਤੋਂ ਬਾਅਦ ਮੁਲਜ਼ਮ ਕਈ ਘੰਟੇ ਲਾਸ਼ ਨਾਲ ਬੰਦ ਕਮਰੇ ਦੇ ਵਿੱਚ ਬੈਠਾ ਰਿਹਾ। ਪੁਲਿਸ ਨੇ ਕਾਫ਼ੀ ਮੁਸ਼ਕਤ ਬਾਅਦ ਬੰਦ ਕਮਰੇ ਦਾ ਦਰਵਾਜ਼ਾ ਖੁਲਵਾਇਆ ਅਤੇ ਇਸ ਮੰਗੂ ਮੱਠ ਨੂੰ, ਜੋ ਕਿ ਇੱਕ ਮੁਲਜ਼ਮ ਹੈ, ਇਸ ਨੂੰ ਗ੍ਰਿਫਤਾਰ ਕਰ ਲਿਆ। ਅਤੇ ਗ੍ਰਿਫਤਾਰੀ ਵੇਲੇ ਜਦ ਇਸ ਨੂੰ ਬਾਹਰ ਲੈ ਕੇ ਆਇਆ ਗਿਆ ਗੁਰਦੁਆਰੇ ਚੋਂ, ਤਾਂ ਦੇਖੋ ਕਿਵੇਂ ਸਾਥੀ ਨਿਹੰਗ ਸਿੰਘਾਂ ਦੇ ਵੱਲੋਂ ਇਸ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਸ ਦੇ ਵੱਲੋਂ ਜਕਾਰਾ ਵੀ ਛੱਡਿਆ ਗਿਆ। ਹੁਣ ਇਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਸਵਾਲ ਵੀ ਖੜ੍ਹੇ ਕਰ ਰਹੇ ਨੇ ਕਿ ਆਖਿਰਕਾਰ ਇੱਕ ਕਾਤਲ ਦੇ ਉੱਤੇ ਫੁੱਲਾਂ ਦੀ ਵਰਖਾ ਕਿੰਨੀ ਕੁ ਠੀਕ ਹੈ। ਤੁਸੀਂ ਇਸ ਵੀਡੀਓ 'ਤੇ ਆਪਣੀ ਰਾਏ ਜ਼ਰੂਰ ਕਮੈਂਟ ਕਰਿਓ ਅਤੇ ਦੱਸਿਓ ਕਿ ਫੁੱਲਾਂ ਦੀ ਵਰਖਾ, ਉਹ ਵੀ ਇੱਕ ਕਾਤਲ 'ਤੇ, ਕਿੰਨੀ ਕੁ ਠੀਕ ਹੈ। ਆ ਦੇਖੋ ਗ੍ਰਿਫਤਾਰੀ ਵੇਲੇ ਮੰਗੂ ਮੱਠ ਤੇ ਕਿਵੇਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਤੁਹਾਡੇ ਮੁਤਾਬਕ ਸਿੰਘਾਂ ਦਾ ਇੰਜ ਕਰਨਾ ਕਿੰਨਾ ਕੁ ਠੀਕ ਹੈ? ਦਰਅਸਲ ਤੁਹਾਨੂੰ ਦੱਸਦੀ ਹਾਂ ਕਿ ਫਗਵਾੜਾ ਦੇ ਗੁਰਦੁਆਰਾ ਸ਼੍ਰੀ ਚੌੜਾ ਖੂਹ ਦੇ ਵਿੱਚ ਨੌਜਵਾਨ ਦਾ ਇਸਦੇ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਨਿਹੰਗ ਸਿੰਘ ਜਿਸਦਾ ਨਾਮ ਮੰਗੂ ਮੱਠ ਹੈ, ਇਸਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀਡੀਓ ਵੀ ਬਣਾਈ ਗਈ। ਮ੍ਰਿਤਕ ਦੀ ਪਹਿਲਾਂ ਵੀਡੀਓ ਦੇ ਵਿੱਚ ਬਿਆਨ ਲਏ ਗਏ। ਬੇਅਦਬੀ ਦੀ ਕੋਸ਼ਿਸ਼ ਦੇ ਸ਼ੱਕ 'ਚ ਇਸ ਨਿਹੰਗ ਸਿੰਘ ਨੇ ਉਸ ਨੌਜਵਾਨ ਨੂੰ ਮਾਰ ਮੁਕਾਇਆ। ਕਤਲ ਤੋਂ ਪਹਿਲਾਂ ਨਿਹੰਗ ਸਿੰਘ ਵੱਲੋਂ ਇਹ ਵੀਡੀਓ ਵੀ ਬਣਾਈ ਗਈ। ਫਿਰ ਕਤਲ ਤੋਂ ਬਾਅਦ ਮੁਲਜ਼ਮ ਕਈ ਘੰਟੇ ਲਾਸ਼ ਨਾਲ ਬੰਦ ਕਮਰੇ ਦੇ ਵਿੱਚ ਬੈਠਾ ਰਿਹਾ। ਪੁਲਿਸ ਨੇ ਕਾਫ਼ੀ ਮੁਸ਼ਕਤ ਬਾਅਦ ਬੰਦ ਕਮਰੇ ਦਾ ਦਰਵਾਜ਼ਾ ਖੁਲਵਾਇਆ ਅਤੇ ਇਸ ਮੰਗੂ ਮੱਠ ਨੂੰ, ਜੋ ਕਿ ਇੱਕ ਮੁਲਜ਼ਮ ਹੈ, ਇਸ ਨੂੰ ਗ੍ਰਿਫਤਾਰ ਕਰ ਲਿਆ। ਅਤੇ ਗ੍ਰਿਫਤਾਰੀ ਵੇਲੇ ਜਦ ਇਸ ਨੂੰ ਬਾਹਰ ਲੈ ਕੇ ਆਇਆ ਗਿਆ ਗੁਰਦੁਆਰੇ ਚੋਂ, ਤਾਂ ਦੇਖੋ ਕਿਵੇਂ ਸਾਥੀ ਨਿਹੰਗ ਸਿੰਘਾਂ ਦੇ ਵੱਲੋਂ ਇਸ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਸਦੇ ਵੱਲੋਂ ਜਕਾਰਾ ਵੀ ਛੱਡਿਆ ਗਿਆ। ਹੁਣ ਇਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਸਵਾਲ ਵੀ ਖੜ੍ਹੇ ਕਰ ਰਹੇ ਨੇ ਕਿ ਆਖਿਰਕਾਰ ਇੱਕ ਕਾਤਲ ਦੇ ਉੱਤੇ ਫੁੱਲਾਂ ਦੀ ਵਰਖਾ ਕਿੰਨੀ ਕੁ ਠੀਕ ਹੈ। ਤੁਸੀਂ ਇਸ ਵੀਡੀਓ 'ਤੇ ਆਪਣੀ ਰਾਏ ਜ਼ਰੂਰ ਕਮੈਂਟ ਕਰਿਓ ਅਤੇ ਦੱਸਿਓ ਕਿ ਫੁੱਲਾਂ ਦੀ ਵਰਖਾ, ਉਹ ਵੀ ਇੱਕ ਕਾਤਲ 'ਤੇ, ਕਿੰਨੀ ਕੁ ਠੀਕ ਹੈ।